ਪੰਜਾਬ ਦੀ ਕੈਪਟਨ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹਿਲੀ ਵਾਰ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਕਾਂਗਰਸੀ ਵਰਕਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਉਹਨਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਵੱਡੀਆਂ ਉਮੀਦਾਂ ਹਨ ਕਿ ਉਹ ਹਲਕੇ ਦੇ ਵਿਕਾਸ ਕਾਰਜਾਂ ਨੂੰ ਵੱਡੀ ਪੱਧਰ ਤੇ ਅੱਗੇ ਲੈ ਕੇ ਜਾਣਗੇ। ਇਸ ਮੌਕੇ ਹਲਕੇ 'ਚ ਪੁੱਜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਗਏ ਸਵਾਗਤ ਤੋਂ ਬਾਗੋ ਬਾਗ ਵਿਖਾਈ ਦਿੱਤੇ। ਮਾਹੌਲ ਤਾਂ ਤੁਸਾਂ ਵੇਖਣਾ ਵਾ ਤੇ ਮਾਹੌਲ ਵਧੀਆ ਵਾ, ਤੁਹਾਨੂੰ ਆਪ ਨਜ਼ਰ ਆਉਣਾ ਚਾਹੀਦਾ। ਅਜੇ ਇਸ ਵੇਲੇ ਡਿਪਾਰਟਮੈਂਟ ਦੀਆਂ ਗੱਲਾਂ ਨੀ, ਲੋਕਾਂ ਦੀਆਂ ਵਧਾਈਆਂ ਲੈ ਲਈਏ, ਫਿਰ ਦਫ਼ਤਰ 'ਚ ਮੈਂ ਗੱਲਾਂ ਕਰਾਂਗਾ, ਬੜਾ ਵਧੀਆ ਚੱਲੇਗਾ। ਇਹ ਗੱਲਾਂ ਇਸ ਮਾਹੌਲ 'ਚ ਨਹੀਂ ਪੁੱਛਣ ਵਾਲੀਆਂ, ਦਫ਼ਤਰ ਜਾ ਕੇ ਪੁੱਛੇ। ਨੇਕ, ਇਮਾਨਦਾਰ ਔਰ ਸ਼ਰੀਫ ਲੀਡਰ ਨੇ ਸਾਡੇ, ਜਿਨ੍ਹਾਂ ਨੇ ਆਪਣੀ ਸ਼ਰਾਫਤ ਦੇ ਸਿਰ 'ਤੇ ਇਹ ਮੁਕਾਮ ਹਾਸਲ ਕੀਤਾ ਔਰ ਹਲਕੇ ਨੂੰ, ਸਾਰੇ ਹੀ ਸਾਡੇ ਪੰਜਾਬ ਨੂੰ ਇਹਨਾਂ 'ਤੇ ਬਹੁਤ ਜ਼ਿਆਦਾ ਆਸਾਂ ਉਮੀਦਾਂ ਨੇ ਔਰ ਅਸੀਂ ਸਮਝਦੇ ਹਾਂ ਕਿ ਆਪਣੀਆਂ ਆਸਾਂ ਉਮੀਦਾਂ ਸਾਡੀਆਂ 'ਤੇ ਖਰਿਆ ਉਤਰਨਗੇ। ਬਿਲਕੁਲ ਬਦਲਾਵ ਆਏਗਾ ਜੀ। ਦੇਖੋ, ਪ੍ਰਸ਼ਾਸਨ ਦੀ ਮਰਜ਼ੀ ਹੋਏ ਤਾਂ ਸਭ ਕੁਝ ਬਦਲ ਸਕਦਾ। ਪ੍ਰਸ਼ਾਸਨ ਦਿਨ ਤੋਂ ਰਾਤ ਨਹੀਂ ਚੜ੍ਹਨ ਦਿੰਦਾ। ਗੈਰ ਕਾਨੂੰਨੀ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਕੋਈ ਜ਼ਿਆਦਾ ਸਮਾਂ ਨਹੀਂ ਚਾਹੀਦਾ। ਪਰ ਇੱਕ ਗੱਲ ਹੈਗੀ ਹੈ, ਜਿਹੜਾ VIP ਕਲਚਰ ਖਤਮ ਕੀਤਾ, ਜਿੱਦਾਂ ਤੁਸੀਂ ਜਾਣਦੇ ਹੋ ਪਿੱਛੇ ਜੀ ਆਮ ਆਦਮੀ ਪਾਰਟੀ ਨੇ ਬੜਾ ਰੌਲਾ ਪਾਇਆ ਦਾ ਸੀਗਾ ਪੰਜਾਬ ਦੇ ਵਿੱਚ, ਦਿੱਲੀ 'ਚ ਰੌਲਾ ਪਾ ਕੇ ਝੂਠ ਬੋਲ ਕੇ ਸਰਕਾਰ ਬਣਾ ਲਈ, ਪਰ VIP ਕਲਚਰ ਉੱਥੇ ਮੁੱਕਾ ਨਹੀਂ, ਸਗੋਂ ਡਬਲ ਹੋਇਆ। ਔਰ ਜਿਸ ਤਰ੍ਹਾਂ ਸਾਡੇ ਕੈਬਨਿਟ ਮਿਨਿਸਟਰਸ ਜਿਹੜੇ ਨੇ, ਤੁਸੀਂ ਵੇਖਿਆ ਹੀ ਹੈ ਜੀ, ਉਹਨਾਂ ਨੇ ਆਪਣੀਆਂ ਜਿਹੜੇ ਜਿਹੜੇ ਫੈਸਲੇ ਲਏ ਆ ਉਹ ਫੈਸਲੇ ਬੜੇ ਅਟੱਲ ਲਏ ਆ। ਪਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੇ ਫੈਸਲੇ ਖਤਮ ਕਰਨ ਦੇ ਕੀਤੇ ਆ, ਇਹਦੇ ਨਾਲ ਲੋਕ ਬਹੁਤ ਸ਼ਲਾਘਾ ਕਰ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਐਸਾ ਮੁੱਦਾ ਪੰਜਾਬ 'ਚ ਨਹੀਂ ਰਹਿਣ ਦੇਣਾ ਜਿਹੜਾ ਕਿ ਕੋਈ ਵਿਰੋਧੀ ਸਾਡੇ ਉੱਪਰ ਕੋਈ ਵਾਰ ਕਰ ਸਕਣ। ਤਾਂ ਉਹਨਾਂ ਤੋਂ ਬਹੁਤ ਚੰਗੀ ਸੋਚ ਵਾਲੇ ਸਾਡੇ ਮੰਤਰੀ ਨੇ। ਹਾਂਜੀ, ਅੱਗੇ ਤੋਂ ਵੀ ਜਦੋਂ ਵਿਧਾਇਕ ਸੀਗੇ ਅਕਾਲੀ ਸਰਕਾਰ ਵੇਲੇ, ਹਰ ਇੱਕ ਬੰਦੇ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਰਹੇ ਆ, ਚੰਗਾ ਸੁਝਾਅ ਦਿੰਦੇ ਰਹੇ ਆ। ਫਿਰ ਉਹਨਾਂ ਦਾ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਪਿੰਡਾਂ ਵਿੱਚ ਮਲਾਪੜਾ ਬਣਾਉਣਾ ਬਹੁਤ ਇੱਕ ਪਹਿਲ ਕਰ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ, ਪੰਜਾਬ ਟੂਡੇ।